ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਾਂ ਵੀ ਠੀਕ ਠਾਕ ਹੀ ਹਾਂ। ਅਤੇ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕੀ ਹੁੰਦੀ ਹੈ ਆਪਣੀ, ਚੈਨਲ ਸਬਸਕ੍ਰਾਈਬ ਕਰਨਾ ਤੁਸੀਂ ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਇਸ ਟਾਈਮ ਮੈਂ ਖੜ੍ਹਾ ਮੋਟਰ ਦੇ ਉੱਤੇ, ਆ ਦੇਖੋ ਸਟਾਰਟਰ ਤੋਂ ਹੋਣਾ ਤੁਹਾਨੂੰ ਮੈਂ। ਆਪਾਂ ਮੋਟਰ 'ਤੇ ਆ ਗਏ ਹਾਂ ਅਤੇ ਅਕਸਰ ਹੁੰਦਾ ਕੀ ਆ ਵੀ ਮੈਂ ਲੇਟ ਆਉਣਾ ਅਤੇ ਗੇੜੀ ਵਗੈਰਾ ਪਹਿਲਾਂ ਆ ਜਾਂਦੀ ਹੈ। ਇੱਥੇ ਇੱਕ ਦੋ ਵਾਰੀ ਚਾਂਸ ਹੀ ਹੋਇਆ ਵੀ ਅੱਜ ਆਪਾਂ ਪਹਿਲਾਂ ਆ ਗਏ ਹਾਂ ਅਤੇ ਹਜੇ ਪਿੱਛੇ ਵੀ ਆਪਣੀ ਮਸ਼ੀਨ ਆ ਗੇੜੀ ਮੋਟਰ ਕੱਢਣ ਜ਼ਰੂਰ ਲੈ ਕੇ ਆਏ ਨਹੀਂ, ਉਹ ਹਜੇ ਪਿੱਛੇ ਫਿਰਦੇ ਆ। ਅਤੇ ਕੱਢਦੇ ਹਾਂ ਜੀ ਮੋਟਰ, ਕੰਮ ਆਪਣਾ ਸ਼ੁਰੂ ਹੋ ਗਿਆ ਦੁਕਾਨ 'ਤੇ। ਬਾਹਰ ਮੌਸਮ ਦਿਖਾਉਣੇ ਤੁਹਾਨੂੰ ਮੀਂਹ ਦਾ ਬਣਿਆ ਹੋਇਆ, ਦੇਖੋ ਬੱਦਲ ਬਾਈ ਪੂਰੀ। ਅਤੇ ਸਰਮਾ ਆ ਗਈਆਂ, ਸਰਮਾ ਵੱਢਣ ਦੀ ਤਿਆਰੀ ਹੈ, ਕੁਛ ਲੋਕਾਂ ਨੇ ਵੱਢ ਵੀ ਦਿੱਤੀ ਅਤੇ ਕੁਛ ਵੱਢੀ ਜਾਂਦੇ, ਅਤੇ ਉਸ ਤੋਂ ਬਾਅਦ ਕਣਕਾਂ ਆ ਜਾਣਗੀਆਂ ਅਤੇ ਇਸ ਤਰ੍ਹਾਂ ਹੀ ਚੱਲੀ ਜਾਣਾ ਕੰਮ। ਅਤੇ ਬਾਹਰ ਤੁਹਾਨੂੰ ਦਿਖਾਉਣਾ ਮੌਸਮ, ਆ ਦੇਖੋ ਜੀ ਹਰਿਆ ਭਰਿਆ ਗੇਰਾ, ਆ ਚੈੱਕ ਕਰੋ ਜੀ ਕਈ ਸਰਮਾ ਵੱਢ ਵੀ ਦਿੱਤੀਆਂ ਅਤੇ ਕਈ ਸਰਮਾ ਹਜੇ ਫੁੱਲਾਂ 'ਤੇ ਹੀ ਆ। ਦੇਖੋ ਜਿਵੇਂ ਇੱਧਰ ਆਹ ਸਾਈਡ ਹੈਗੀ ਹੈ, ਹਜੇ ਫੁੱਲ ਹੈਗੇ ਆ, ਇਹ ਹਜੇ 15-20 ਦਿਨ ਨਹੀਂ ਆਉਂਦੀਆਂ। ਕਈ ਗੇਤੀਆਂ ਸੀਗੀਆਂ ਉਹ ਵੱਢੀਆਂ ਗਈਆਂ, ਅਤੇ ਆਹ ਆਪਾਂ ਅੱਜ ਮੋਟਰ ਕੱਢਣੀ ਆ, ਆਹ ਦੇਖ ਸਕਦੇ ਹੋ। ਅਤੇ ਆਪਣੇ ਸੀਗਾ ਜੀ ਨੈੱਟ ਬੰਦ, ਇੰਟਰਨੈੱਟ ਘੱਟੋ ਘੱਟ 10 ਤਰੀਕ ਦਾ ਬੰਦ ਹੋਇਆ ਸੀ, 2 ਦਿਨ ਹੋਏ ਚੱਲੇ ਨੂੰ, ਘੱਟੋ ਘੱਟ 15 ਦਿਨ ਆਪਣੇ ਨੈੱਟ ਰਿਹਾ ਬੰਦ। ਇਸ ਕਰਕੇ ਆਪਾਂ ਵੀਡੀਓ ਬਣਾਈ ਨਹੀਂ, ਕਿਉਂਕਿ ਇੱਥੇ ਪੰਜਾਬ 'ਚ ਜਾ ਕੇ ਚੱਲਣਾ ਸੀ, ਪੰਜਾਬ ਇੱਥੋਂ 25 ਕਿਲੋਮੀਟਰ ਦੂਰ ਆ ਸਾਡੇ ਏਰੀਏ ਤੋਂ, ਅਤੇ ਆਪਾਂ ਚੱਲ ਕਿੱਧਰ ਅਪਲੋਡ ਕਰਾਂਗੇ, ਕਿੱਥੇ ਜਾ ਕੇ ਅਪਲੋਡ ਕਰਾਂਗੇ ਯਾਰ, ਆਪਾਂ ਵੀਡੀਓ ਨਹੀਂ ਬਣਾਈ। ਅਤੇ ਹੁਣ ਆਪਾਂ 2 ਸ਼ਾਰਟ ਵੀਡੀਓ ਪਾਈਆਂ ਅਤੇ ਅੱਜ ਪ੍ਰੋਪਰ ਬਲੌਗ ਜੋ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਮੀਦ ਹੈ ਤੁਹਾਨੂੰ ਲੱਗੂਗਾ ਵਧੀਆ। ਅਤੇ ਆਹ ਦੇਖੋ ਜੀ ਸਰਮਾ ਇੰਨਾ ਮੈਂ ਰੋਣਾ, ਆਹ ਹਜੇ ਸਰੋਂ ਹਰੀ ਖੜੀ ਹੈ, ਤੁਹਾਨੂੰ ਜੂਮ ਕਰਕੇ ਦਿਖਾਉਣਾ, ਆਹ ਦੇਖੋ। ਅਤੇ ਉੱਧਰ ਇਹ ਸਾਈਡ ਦੇਖੋ, ਆਹ ਸਰੋਂ ਉਹ ਆ ਗਈ ਹੈ, ਬਿਲਕੁਲ ਵੱਢਣ ਦੀ ਤਿਆਰੀ ਹੈ ਉਹਦੀ। ਅਤੇ ਇਹੋ ਤਰੀਕੇ ਨਾਲ ਹੀ ਹੈ ਜੋ ਗੇਤ ਵਿਛੇਤ ਜਿਹਨੇ ਗੇਤੀਆਂ ਬੀਜਤੀਆਂ 20 ਦਿਨ ਪਹਿਲਾਂ, ਉਹ ਪਹਿਲਾਂ ਆ ਗਈਆਂ ਵੱਢੀਆਂ ਗਈਆਂ। ਅਤੇ ਮੌਸਮ ਇੱਧਰ ਤੁਹਾਨੂੰ ਬੱਦਲਬਾਈ ਦੇਖ ਰਹੀ ਹੋਊਗੀ, ਬੱਦਲਬਾਈ ਹੋਈ ਹੋਈ ਆ। ਆਹ ਮੋਟਰ ਆਪਾਂ ਨੂੰ ਪਾਈ ਨੂੰ ਹੋ ਗਿਆ 1.5 ਸਾਲ, ਨਵੀਂ ਪਾਈ ਸੀਗੀ ਅਤੇ ਹੁਣ ਇਹਨੂੰ ਕੱਢਣਾ ਹੈ, ਘੱਟੋ ਘੱਟ ਇਹਨੂੰ 1 ਮਹੀਨੇ ਤੋਂ ਉੱਤੇ ਹੋ ਗਿਆ ਟਾਈਮ ਇਹ ਖਰਾਬ ਸੀਗੀ, ਅਤੇ ਹੁਣ ਖਿੱਚ ਵੱਜ ਗਈ ਹੈ ਪਾਣੀ ਦੀ, ਹੁਣ ਆਪਾਂ ਇਹਨੂੰ ਕੱਢਾਂਗੇ। ਅਤੇ ਜਿਹੜੀ ਵੀ ਉਹ ਖੜੀ ਆਈ ਉੱਥੇ ਚਾਹ ਬਣਾਈ ਜਾਂਦੇ ਆ, ਇਹੋ ਜਿਹੇ ਸਾਹਮਣੇ ਦਿਖ ਰਹੀ ਹੋਊਗੀ ਤੁਹਾਨੂੰ, ਉਹ ਜੀਪ ਕੋਲ ਪਿੱਛੇ ਟਰੈਕਟਰ ਦੇ ਉਹ ਖੜੀ ਹੈ, ਜਿਵੇਂ ਵੀ ਆਉਂਦੇ ਆ ਜਦੋਂ ਵੀ ਆਉਂਦੇ ਆ ਕੱਢਣ ਦੀ ਮੋਟਰ। ਇਸ ਟਾਈਮ ਆਪਾਂ ਹਾਂਜੀ ਉਰੇ ਲਿਆਓ, ਕਿਵੇਂ ਹਾਂ ਹਾਂ ਇੱਥੇ ਆਵਾਂ, ਚੱਲ ਆਉਣਾ ਹੈ। ਲਓ ਜੀ ਹੁਣ ਆਪਾਂ ਨੂੰ ਸੱਦਿਆ,
ਨਹੀਂ ਦੁਕਾਨ ਦੇ ਕੋਲੇ ਘਰ ਆ, ਥੋੜ੍ਹਾ ਜਿਹਾ ਕੰਮ ਕਰਨਾ ਉੱਥੇ, ਦੁਪਹਿਰੇ ਆ ਕੇ ਗਏ ਸੀ, ਮੈਂ ਹੈ ਨਹੀਂ ਸੀਗਾ, ਥੋੜ੍ਹਾ ਕੰਮ 'ਚ ਬਿਜੀ ਸੀਗਾ, ਅਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੰਮ। ਆਹ ਦੇਖੋ ਜੀ, ਆਪਾਂ ਮੋਟਰ ਕੱਢ ਕੇ ਲਿਆਂਦੀ ਸੀ, ਆਹ ਪਈ ਹੈ ਅਤੇ ਸੜ ਗਈ ਆ ਦੇਖੋ, ਅਤੇ ਤੁਸੀਂ ਮੇਰੇ ਹੱਥਾਂ ਵੱਲ ਦੇਖ ਸਕਦੇ ਹੋ, ਕਾਲੇ ਹੱਥ ਹੋਣੇ। ਇੱਕ ਆਹ ਮੋਟਰ ਆਪਾਂ ਪਰਸੋਂ ਪਾਈ ਸੀ, ਅਤੇ ਇਹ ਦੋ ਪਟਾਕੇ ਲੱਗ ਗਏ ਆ ਦੇਖੋ ਇੱਥੇ, ਤਾਂ ਕੀ ਚੱਕਰ ਆ ਉਹਨਾਂ ਦਾ, ਰੂਟਰ ਰੂਟਰ ਆ ਜੋ, ਰੂਟਰ ਚੈੱਕ ਕਰਾਵਾਂਗੇ। ਪਟਾਕੇ ਮਤਲਬ 1.7 ਨੰਬਰ ਕਾਰ ਆ, ਮੋਟਾ ਨੰਬਰ ਆ, ਅਤੇ ਪਟਾਕੇ ਨਹੀਂ ਮਾਰਨੇ ਚਾਹੀਦੇ ਸੀ, ਅਤੇ ਦਾਬ ਵੀ ਨਹੀਂ ਸੀ ਵੈਸੇ, ਸਿੱਧੇ ਪਟਾਕੇ ਮਾਰ ਗਈ ਆ। ਅਤੇ ਚਲੋ ਦੇਖਦੇ ਹਾਂ, ਉਮੀਦ ਹੈ ਤੁਸੀਂ ਬਲੌਗ ਨੂੰ ਇੰਜੋਏ ਕਰ ਰਹੇ ਹੋਵੋਗੇ, ਅਤੇ ਕੱਲ੍ਹ ਨੂੰ ਬਣਾਵਾਂਗੇ ਇਹਨਾਂ ਨੂੰ, ਦੇਖਦੇ ਹਾਂ ਮੰਡੀ ਗਏ ਤਾਂ ਸਾਰਾ ਪੰਪ ਵਗੈਰਾ ਆਪਾਂ ਖੋਲ੍ਹ ਕੇ। ਇੱਧਰ ਦੋ ਮੋਟਰਾਂ ਛੋਟੀਆਂ ਆਈਆਂ ਪਈਆਂ ਆਪਣੇ ਕੋਲ, ਇਹ ਫਿੱਟ ਕਰਤੀ ਪਰ ਪਾਣੀ ਪੈ ਸੀ ਵਿੱਚ, ਵੈਸੇ ਸਹੀ ਬੋਲਦੀ ਪਰ ਚੱਲੀ ਨਹੀਂ। ਅਤੇ ਕਹਾ ਇਹ ਕੰਪਲੀਟ ਆ ਆਪਣੀ ਮੋਟਰ, ਬਲੌਗ ਦੇ ਵਿੱਚ ਮੋਟਰਾਂ ਦਿਖਾ ਸਕਦੇ ਹਾਂ ਆਪਾਂ, ਹੋਰ ਬਾਹਰ ਐਕਟੀਵਿਟੀ ਦਿਖਾ ਸਕਦੇ ਹਾਂ। ਚਲੋ ਚੱਲਦੇ ਹਾਂ ਫਿਰ, ਕੰਮ ਕਰਕੇ ਆਉਂਦੇ ਆਪਾਂ ਬਾਹਰ, ਤੁਸੀਂ ਮੌਸਮ ਖੇਤਾਂ ਦਾ, ਹਰੀਆਂ ਕਣਕਾਂ ਦੇਖ ਸਕਦੇ ਹੋ, ਸ਼ਾਮ ਦਾ ਵਕਤ ਹੈ ਇਸ ਵੇਲੇ। ਲਓ ਜੀ ਸਮਾਨ ਚੱਕ ਲਿਆ ਸੀ, ਮੰਡੀ ਨੂੰ ਜਾਣ ਦੀ ਤਿਆਰੀ ਆ, ਗੱਤੇ ਵਿੱਚ ਪਾ ਲਿਆ ਜੋ ਸਮਾਨ ਲੈ ਕੇ ਆਉਣਾ, ਹੈਲਮਟ ਮੋਟਰਸਾਈਕਲ, ਅਤੇ ਹੁਣ ਸਾਨੂੰ ਰੋਕਣਾ ਪਊਗਾ ਕਿਉਂਕਿ ਇੱਕ ਮੋਟਰ ਹੋਰ ਆਉਂਦੀ ਹੈ, ਉਹਦਾ ਵੀ ਸਮਾਨ ਨਾਲ ਦਿਆਂ ਲੈ ਮੰਗੇ ਅਸੀਂ ਰੋਕ ਗਏ, ਕਾਫੀ ਪਿੰਡ ਤੋਂ ਆਉਂਦੀ ਹੈ। ਚੱਲਦੇ ਹਾਂ ਮੰਡੀ, ਮੰਡੀ ਜਾ ਕੇ ਦਿਖਾਉਣੇ ਤੁਹਾਨੂੰ ਜੇ ਮੋਟਰ ਆਉਂਦੀ ਹੈ, ਕੱਲ੍ਹ ਜੋ ਮੋਟਰ ਫਿੱਟ ਕਰੀ ਸੋ ਦੇਖ ਸਕਦੇ ਹੋ ਤੁਸੀਂ। ਸਮਾਨ ਤੇ ਸਮਾਨ ਖਰਾਬ ਦਾ ਤਾਂ ਹੋ ਫਿਰ ਕੰਮ ਰਹੀ ਨਹੀਂ ਗਿਆ ਹੈ ਨਾ, ਖਰਾਬ ਦਾ ਤਾਂ ਫਿਰ ਰਹਿ ਗਿਆ, ਤੇ ਉਹ ਆਪਾਂ ਹੀ ਲਿਆ ਇਹਨੇ ਸੀ ਖਰਾਬ ਦਾ, ਤਾਂ ਆ ਜੀ ਆਪਾਂ ਨੂੰ ਸਾਰੇ ਗਿਆ, ਉਹ ਨਵੇਂ ਆ ਜਾਣਗੇ। ਠੀਕ ਹੈ, ਇਹਨਾਂ ਦੇ ਹਾਰੇ ਡੂਮ ਜੀ ਲਿਖ ਲਏ, ਇਹ ਤਾਂ ਸਹੀ ਹੈ, ਤੇ ਉਹ ਆਪਾਂ ਲਿਖ ਲਿਆ ਨਾ ਉਹਦੇ ਵਿੱਚ ਪੈ ਜੂ ਇੱਕ 'ਚ ਬੁੱਗੇ 'ਚ। ਮੰਡੀਓ ਆਪਾਂ ਆ ਗਏ ਸੀ, ਅਤੇ ਮੰਡੀਓ ਆ ਕੇ ਅਤੇ ਹੁਣ ਆਪਾਂ ਮੋਟਰ ਬੈਂਡਿੰਗ ਸ਼ੁਰੂ ਕਰਨ ਲੱਗੇ ਹਾਂ, ਦਿਖਾਉਣੇ ਤੁਹਾਨੂੰ ਮੋਟਰ ਬੈਂਡਿੰਗ ਕਰਦੇ ਹਾਂ। ਉਸ ਤੋਂ ਬਾਅਦ ਇੱਕ ਛੋਟੀ ਮੋਟਰ ਵੀ ਆਈ ਸੀ ਦੇਖੋ, ਇਹ ਵੀ ਬੈਂਡਿੰਗ ਕਰਾਂਗੇ, ਮੰਡੀਓ ਆ ਕੇ ਇਹਦੀ ਸਾਫ਼ ਸਫਾਈ ਆਪਾਂ ਕਰ ਲਈ ਆ।
ਲਓ ਜੀ, ਤਕਰੀਬਨ ਟਾਈਮ 5:30 ਦਾ ਹੋ ਗਿਆ ਅਤੇ ਆਹ ਦੇਖੋ ਮੋਟਰ ਕਬੈਲ ਆਪਾਂ 2 ਪਾਤੇ, ਬਾਕੀ ਜੋ ਹੈਗੇ ਬਣਾ ਕੇ ਰੱਖਤੇ ਆ। ਅਤੇ ਆਪਣੇ ਜੋ ਨਾਲ ਵਾਲਾ ਬੰਦਾ ਗੁਰਲਾਲ ਬਾਈ, ਉਹ ਇਸ ਵੇਲੇ ਵਗ ਜਾਂਦਾ ਆਪਦੇ ਘਰ, ਅਤੇ ਇਕੱਲੇ ਤੋਂ ਮੋਟਰ ਬੰਨਣੀ ਔਖੀ ਹੈ। ਅਤੇ ਮੈਂ ਇੱਥੇ ਚਲੋ ਇਹਨੂੰ ਉੱਠਣ ਛੱਡ ਕੇ, ਅਤੇ ਹੁਣ ਆਪਾਂ ਇਹ ਸਵੇਰੇ ਕਰਾਂਗੇ। ਹੁਣ ਆਪਾਂ ਜੋ ਬਾਹਰਲੀ ਮੋਟਰ ਆ ਉਹਦੇ ਪੇਪਰ ਕੱਢਦੇ ਹਾਂ। ਅਤੇ ਪੇਪਰ ਦਾ ਬਣਾਉਣੇ ਆ ਪਹਿਲਾਂ ਸਹਿਜ, ਉਹ ਦੇਖੋ, ਅਤੇ ਉਸ ਤੋਂ ਬਾਅਦ ਜਿੰਨਾ ਕੁ ਹੋਇਆ ਇਹਨੂੰ ਕਰਾਂਗੇ ਕੰਪਲੀਟ। ਅਤੇ ਉਮੀਦ ਹੈ ਵੀ ਤੁਸੀਂ ਬਲੌਗ ਨੂੰ ਇੰਜੋਏ ਕਰ ਰਹੇ ਹੋਵੋਗੇ। ਆਪਣੇ ਕੋਲ ਜੋ ਕੰਮ ਆਪਾਂ ਉਹੀ ਬਲੌਗ ਦੇ ਵਿੱਚ ਦਿਖਾਉਣੇ ਆ, ਜੋ ਕੰਮ ਆ ਉਹ ਦਿਖਾਈ ਜਾਵਾਂਗੇ। ਚਲੋ ਫਿਰ ਕੱਢਦੇ ਹਾਂ ਪੇਪਰ, ਉਸ ਤੋਂ ਬਾਅਦ ਇੰਨਾ ਕੰਮ ਹੋਇਆ ਦੱਸਦੇ ਹਾਂ ਤੁਹਾਨੂੰ, ਕਰਕੇ ਦਿਖਾਉਂਦੇ ਹਾਂ। ਅਤੇ ਤੁਸੀਂ ਇੱਧਰ ਖੇਤਾਂ ਦਾ ਮਾਹੌਲ ਆਪਣੀ ਦੁਕਾਨ ਤੋਂ ਚੈੱਕ ਕਰ ਸਕਦੇ ਹੋ, ਦੇਖ ਸਕਦੇ ਧੁੱਪ, ਉਹ ਕਮਰੇ ਉੱਤੇ ਧੁੱਪ ਪੈ ਰਹੀ ਆ, ਚਮਕ ਰਿਹਾ ਪੂਰਾ, ਦੇਖ ਸਕਦੇ ਹੋ ਤੁਸੀਂ। ਲਓ ਜੀ, ਸਹਿਜ ਆਪਾਂ ਤਿਆਰ ਕਰ ਲਿਆ, ਫਰਮਾ ਬਣਾ ਲਿਆ ਦੇਖੋ, ਅਤੇ ਵਧੀਆ ਫਰਮਾ ਸੈੱਟ ਆ ਗਿਆ। ਹੁਣ ਇਹਨੂੰ ਕਬੈਲ ਬਣਾਉਣਾ ਆਪਾਂ ਨੂੰ ਸੌਖਾ ਹੋ ਜੂਗਾ, ਆਪਾਂ ਹੁਣ ਕਬੈਲ ਬਣਾ ਦਿਆਂਗੇ, ਅਤੇ ਕਬੈਲ ਬਣਾ ਕੇ ਵਿੱਚ ਵਧੀਆ ਸੈਟਿੰਗ ਪੈ ਜੂਗੀ। ਆਪਣਾ ਇਹੀ ਤਰੀਕਾ ਹੈਗਾ ਕਬੈਲ ਬਣਾਉਣ ਦਾ, ਪਹਿਲਾਂ ਆਪਾਂ ਸੈਟਿੰਗ ਕਰ ਲੈਂਦੇ ਹਾਂ ਜੋ ਕਿ ਨਵੀਂ ਪ੍ਰਕਾਰ ਦੀ ਮੋਟਰ ਆਉਂਦੀ ਆ, ਅਤੇ ਵੱਡਾ ਵੱਡਾ ਕਬੈਲ ਨਹੀਂ ਆਉਂਦਾ, ਇਸ ਕਰਕੇ ਹੀ ਪਹਿਲਾਂ ਸੈਟਿੰਗ ਕਰ ਲਈ। ਹੁਣ ਆਪਾਂ ਫਰਮਾ ਉੱਥੇ ਤਿਆਰ ਬੰਨਿਆ ਪਿਆ, ਤੜਨਾ ਪਾ ਕੇ ਅਤੇ ਬੰਨ ਲਿਆਂਗੇ, ਕਰਦੇ ਹਾਂ ਜਿੰਨੇ ਕੱਜ ਹੋਈ। ਉਸ ਤੋਂ ਬਾਅਦ ਬਾਈ ਨੂੰ ਹਰਾ ਵੀ ਚੁਕਾਉਣਾ, ਲੈਣ ਗਿਆ ਪੱਲੀ ਇੱਕ ਹੋਰ ਹਰਾ ਵੱਢਿਆ ਪਿਆ ਇੱਥੇ, ਅਤੇ ਮਗਰ ਮੇਰੇ ਨਾਲ ਚੁਕਾ ਦੀ, ਚਲੋ ਮੈਂ ਚੁਕਾ ਦਿਆਂਗੇ। ਅਤੇ ਸ਼ਾਮ ਹੋ ਗਈ ਬਿਲਕੁਲ, ਦਿਨ ਜਿੰਨਾ ਕੰਮ ਹੁੰਦਾ ਹੁਣ ਉਹਨਾਂ ਕਰਾਂਗੇ, ਅਤੇ ਬਾਕੀ ਫਿਰ ਚੱਲਦੇ ਹਾਂ ਘਰ, ਜਿੰਨਾ ਹੁਣ ਹੋਇਆ ਉਹਨਾਂ ਆਪਾਂ ਕਰਕੇ ਚੱਲਦੇ ਹਾਂ ਜੀ। ਲਓ ਜੀ, ਪਹੁੰਚ ਗਏ ਆਪਾਂ ਦੁਕਾਨ 'ਤੇ, ਅਤੇ ਕਰਦੇ ਹਾਂ ਅੱਜ ਕੰਮ ਸ਼ੁਰੂ। ਇੱਥੇ ਪਿਆ ਸੀ ਉਹ ਬਾਹਰ ਕੱਢਤਾ, ਅਤੇ ਕੱਲ੍ਹ ਆਪਾਂ ਕਬੈਲ ਜੋ ਮਿਣਕੇ ਗਏ ਸੀ ਸਵੇਰੇ ਆ ਕੇ ਪਾਤਾ, ਕਬੈਲ ਆਪਾਂ ਤੁਹਾਨੂੰ ਦਿਖਾਉਂਦੇ, ਦੇਖੋ ਇੱਕ ਕਬੈਲ ਪਾਤਾ ਹਜੇ ਤੱਕ ਬਾਈ ਗੁਰਲਾਲ ਨਹੀਂ ਆਇਆ, ਕੱਲ੍ਹ ਵਾਲੀ ਮੋਟਰ ਪੈਂਡਿੰਗ ਹੀ ਪਈ ਆ, ਹਜੇ 2 ਕਬੈਲ ਹੀ ਪਾਏ ਆ, ਜਦੋਂ ਬਾਈ ਆਊਗਾ ਉਸ ਤੋਂ ਬਾਅਦ ਆਪਾਂ ਉਹਨੂੰ ਬੰਨਾਂਗੇ, ਉਨੇ ਚਿਰ ਆਪਣੇ ਇਕੱਲੇ ਦਾ ਜੋ ਆਪਾਂ ਕਰ ਸਕਦੇ ਹਾਂ ਆਪਾਂ ਮੋਟਰ ਦਾ ਕਬੈਲ ਬਣਾ ਕੇ ਅਤੇ ਕਰਦੇ ਹਾਂ ਕੰਮ। ਅਤੇ ਅੱਜ ਇਹਨੂੰ ਮੋਟਰਾਂ ਪੈਂਡਿੰਗ ਕਰਕੇ ਤੁਹਾਨੂੰ ਦਿਖਾਵਾਂਗੇ, ਮਤਲਬ ਦਿਖਾਉਂਦੇ ਨਹੀਂ, ਇੱਥੇ ਹੀ ਬਲੌਗ ਦਾ ਐਂਟਰ ਕਰਾਂਗੇ। ਅਤੇ ਆਹ ਮੋਟਰ ਇੱਕ ਸੀਗੀ ਆਪਣੇ ਕੋਲ ਕੱਲ੍ਹ ਆਈ, ਇਹਦੇ ਸੀਲ ਅਤੇ ਬੈਰਿੰਗ ਪਾਉਣੇ ਆ, ਬਾਈ ਲੈਣ ਗਿਆ ਹੋਇਆ, ਥੋੜ੍ਹਾ ਪਾਣੀ ਪਿਆ ਸੀ ਆਪਾਂ ਧੁੱਪੇ ਪਾ ਤੀ ਹੈ ਸੁੱਕਣ ਵਾਸਤੇ, ਅਤੇ ਇਹ ਵੀ ਕਰਾਂਗੇ ਅੱਜ। ਅਤੇ ਬਾਕੀ ਜਿਵੇਂ ਜਿਵੇਂ ਕੰਮ ਹੋਊਗਾ ਇੰਨਾ ਕੰਮ ਆਪਣੇ ਕੋਲ ਅੱਜ ਕਰਕੇ ਬਲੌਗ ਦਾ ਕਰਾਂਗੇ ਐਂਡ, ਤੁਹਾਨੂੰ ਦਿਖਾ ਕੇ ਵੀ ਕਰਤਾ ਜਿੰਨਾ ਹੋਇਆ ਨਾ ਹੋਇਆ ਸ਼ਾਮ ਤਾਈਂ। ਚਲੋ ਜੀ, ਕਰਦੇ ਹਾਂ ਆਪਾਂ ਕੰਮ ਫਿਰ।